ਡਿਊਟੀ ਵਾਸਤੇ ਐਕਟੀਵੇਟ ਕੀਤਾ ਹੋਇਆ। ਇਸ ਸੰਬੰਧ ਦੇ ਵਿੱਚ ਸਾਡੀ ਇੱਕ ਪੈਟਰੋਲਿੰਗ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਕਿ ਵਰਨਾ ਗੱਡੀ ਦੇ ਵਿੱਚ ਦੋ ਬੰਦੇ ਆ, ਉਹ ਨਸ਼ਾ ਕਰਦੇ ਆ ਅਤੇ ਨਸ਼ਾ ਵੇਚਦੇ ਵੀ ਆ। ਇਸ ਇਨਫੋਰਮੇਸ਼ਨ ਦੇ ਸੰਬੰਧ ਵਿੱਚ ਐਕਸ਼ਨ ਲੈਂਦੇ ਹੋਏ ਸਾਡੇ ਜਿਹੜੇ ਵਿਕਟਰ ਪਾਰਟੀ ਦੇ ਇੰਚਾਰਜ ਸੀਗੇ ਸੀ ਜਸਕਰਨ ਸਿੰਘ, ਜਦੋਂ ਗੱਡੀ ਉਹਨਾਂ ਨੇ ਆਈਡੈਂਟੀਫਾਈ ਕਰ ਲਈ, ਉੱਥੇ ਜਦੋਂ ਪਹੁੰਚੇ ਤਾਂ ਜਿਹੜੇ ਗੱਡੀ ਸਵਾਰ ਬੰਦੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਸਾਡੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਅਤੇ ਉੱਥੋਂ ਗੱਡੀ ਭਜਾ ਕੇ ਲੈ ਗਏ। ਨਾਲ ਸਾਡੀ ਜਿਹੜੀ ਗੱਡੀ ਸੀਗੀ ਉਹਨੂੰ ਹਿੱਟ ਵੀ ਕੀਤਾ ਅਤੇ ਅੱਗੇ ਜਾ ਕੇ ਇੱਕ ਰਾਹਗੀਰ ਦੀ ਸਕੂਟੀ ਵੀ ਜਾ ਰਹੀ ਸੀਗੀ ਉਸਨੂੰ ਵੀ ਹਿੱਟ ਕੀਤਾ। ਸੋ ਇਹਦੇ ਸੰਬੰਧ ਵਿੱਚ ਰਿਟੈਲੀਏਟ ਕਰਦੇ ਸਾਡੇ ਜਵਾਨ ਨੇ ਜਿਹੜੇ ਜਸਕਰਨ ਸਿੰਘ ਦੀ ਉਹਦੀ ਪਾਰਟੀ ਨੇ, ਉਹਨਾਂ ਨੇ ਵੀ ਜਵਾਬੀ ਜਿਹੜੀ ਕਾਰਵਾਈ ਕਰਦੇ ਹੋਏ ਆਪਣੇ ਬਚਾਵ ਲਈ ਉਹਨਾਂ ਦੇ ਉੱਪਰ ਫਾਇਰ ਕੀਤਾ। ਨਾਲ ਇਸ ਚੀਜ਼ ਦਾ ਵੀ ਦੇਖੋ ਉਹਨਾਂ ਨੇ ਬੜੀ ਮੁਸਤੈਦੀ ਨਾਲ ਡਿਊਟੀ ਕੀਤੀ, ਇੱਕ ਤਾਂ ਗੱਡੀ ਦਾ ਜਿਹੜਾ ਨੰਬਰ ਅਤੇ ਉਹਨੂੰ ਆਈਡੈਂਟੀਫਿਕੇਸ਼ਨ ਕਰ ਲਈ ਉਹਨਾਂ ਨੇ ਅਤੇ ਨਾਲ ਹੀ ਇਨਫੋਰਮੇਸ਼ਨ ਨੂੰ ਸਰਕੂਲੇਟ ਕੀਤਾ। ਇਸ ਇਨਫੋਰਮੇਸ਼ਨ 'ਤੇ ਐਕਟ ਕਰਦੇ ਹੋਏ ਬਠਿੰਡਾ ਪੁਲਿਸ ਦੀ ਪਾਰਟੀਆਂ ਨੇ ਉਹਨੂੰ ਇੱਕ ਬੰਦਾ ਜਿਹੜਾ ਸੁਖਦੀਪ ਸਿੰਘ ਹੈ ਜੋ ਬਠਿੰਡਾ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਰਾਊਂਡ ਅਪ ਕਰ ਲਿਆ। ਜਿਹੜੀ ਗੱਡੀ ਵਰਨਾ ਗੱਡੀ ਸੀਗੀ ਉਹਨੂੰ ਅਸੀਂ ਰਿਕਵਰ ਕਰ ਲਿਆ। ਦੂਸਰਾ ਬੰਦਾ ਜਿਹੜਾ ਹੈਗਾ ਉਸਨੂੰ ਅਸੀਂ ਜਲਦ ਜਲਦ ਜਿਹੜੀ ਗ੍ਰਿਫਤਾਰ ਕਰ ਲਵਾਂਗੇ ਅਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਬੰਦਾ ਜਿਹੜਾ ਹੈਗਾ ਕਾਰਵਾਈ ਕੀਤੀ ਜਾ ਰਹੀ, ਮੁਕੱਦਮਾ ਦਰਜ ਕੀਤਾ ਜਾ ਰਿਹਾ ਅਤੇ ਸਖ਼ਤ ਤੋਂ ਸਖ਼ਤ ਜਿਹੜਾ ਹੈਗਾ ਐਕਸ਼ਨ ਇਹਨਾਂ ਦੇ ਖਿਲਾਫ ਲਿਆ ਜਾ ਰਿਹਾ। ਨਹੀਂ ਨਹੀਂ ਗੱਡੀ ਭਜਾ ਕੇ ਲੈ ਗਏ ਸੀਗੇ ਉੱਥੇ ਮੌਕੇ ਤੋਂ। ਜਿਹੜੇ ਜਸਕਰਨ ਸਿੰਘ ਸੀਗੇ ਉਹਨਾਂ ਨੇ ਬੜੀ ਉੱਥੇ ਐਕਟਿਵ ਡਿਊਟੀ ਦੇ ਨਾਲ ਗੱਡੀ ਦਾ ਨੰਬਰ ਅਤੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਸੀਗਾ ਅਤੇ ਉਹਨਾਂ ਦੀ ਇਨਫੋਰਮੇਸ਼ਨ ਸਾਡੇ ਕੰਟਰੋਲ ਰੂਮ ਤੋਂ ਆਉਣ ਤੋਂ ਬਾਅਦ ਸਾਡੀ ਬਾਕੀ ਪਾਰਟੀਆਂ ਜਿਹੜੀ ਐਕਟੀਵੇਟ ਜਦੋਂ ਹੋਈਆਂ ਅਤੇ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜੇ ਹੈਗੀ ਹੈ ਗੱਡੀ ਨੂੰ ਅਸੀਂ ਰਾਊਂਡ ਅਪ ਕਰ ਲਿਆ। ਨਾਲ ਜਿਹੜਾ ਦੋਸ਼ੀ ਸੀਗਾ ਸੁਖਦੀਪ ਸਿੰਘ ਜੋ ਗੱਡੀ ਚਲਾ ਰਿਹਾ ਸੀਗਾ ਇਸਨੂੰ ਰਾਊਂਡ ਅਪ ਵੀ ਕਰ ਲਿਆ। ਦੂਸਰਾ ਦੋਸ਼ੀ ਜਿਹੜਾ ਹੈਗਾ ਭੱਜ ਗਿਆ ਮੌਕੇ ਤੋਂ, ਇਸਨੂੰ ਵੀ ਅਸੀਂ ਜਲਦੀ ਜਿਹੜੀ ਹੈ ਗ੍ਰਿਫਤਾਰ ਕਰ ਲਵਾਂਗੇ। ਇਹ ਮੁਕਤਸਰ ਦਾ ਰਹਿਣ ਵਾਲਾ ਪਿੰਡ ਦੋਦੇ ਦਾ, ਇਹਦੀ ਆਈਡੈਂਟੀਫਿਕੇਸ਼ਨ ਹੋ ਗਈ ਅਵਤਾਰ ਸਿੰਘ, ਜਲਦੀ ਹੀ ਜਿਹੜੀ ਹੈਗੀ ਅਸੀਂ ਇਹਨੂੰ ਅਰੈਸਟ ਵੀ ਕਰ ਲਵਾਂਗੇ। ਦੇਖੋ ਡੈਫੀਨੇਟਲੀ ਕਿਉਂਕਿ ਜਿਹੜਾ ਬੰਦਾ ਫੜਿਆ ਇਹਦਾ ਵੀ ਨਸ਼ਾ ਕੀਤਾ ਜਾਪਦਾ, ਇਹਨੇ ਨਸ਼ਾ ਕੀਤਾ ਹੋਇਆ ਤੇ ਇਹਦੀ ਜਿਹੜੀ ਹੈਗੀ ਡੋਪ ਟੈਸਟ ਦੇ ਵਿੱਚ ਕਲੀਅਰ ਵੀ ਹੋ ਜਾਊਗਾ ਜਿਹੜਾ ਨਸ਼ਾ ਦੀ ਕਿਸ ਤਰ੍ਹਾਂ ਦਾ ਨਸ਼ਾ ਜਿਹੜਾ ਹੈਗਾ ਕਰਨ ਦੇ ਆਦੀ ਹੈ। ਦੇਖੋ ਅਸੀਂ ਇਹਨੂੰ ਰਾਊਂਡ ਅਪ ਕੀਤਾ, ਇਹ ਸਾਰੀ ਪੁੱਛਗਿੱਛ ਇਨਵੈਸਟੀਗੇਸ਼ਨ ਦਾ ਵਿਸ਼ਾ, ਸਾਰੀ ਚੀਜ਼ਾਂ ਕਲੀਅਰ ਕਰਾਂਗੇ ਵੀ ਇਹਨਾਂ ਨੇ ਕਿਸ ਕੀ ਐਕਟੀਵਿਟੀ ਦੇ ਵਿੱਚ ਇਨਵੋਲਵ ਨੇ, ਜਲਦੀ ਹੀ ਜਿਹੜੀ ਇਨਵੈਸਟੀਗੇਸ਼ਨ ਕੰਪਲੀਟ। ਦੇਖੋ ਗੱਡੀ ਜਿਹੜੀ ਹੈਗੀ ਰਿਕਵਰ ਹੋਈ ਹੈ ਸਾਡੇ ਕੋਲੋਂ, ਉਹਦੀ ਸਰਚ ਕੀਤੀ ਜਾ ਰਹੀ ਹੈ, ਉਹਦੇ ਵਿੱਚ ਸਾਨੂੰ ਕੁਝ ਓਬਜੈਕਸ਼ਨੇਬਲ ਮਟੀਰੀਅਲ ਮਿਲਿਆ ਜਿਹਨੂੰ ਫਿਲਹਾਲ ਇਸ ਸਟੇਜ 'ਤੇ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਕਿਉਂਕਿ ਦੂਸਰਾ ਦੋਸ਼ੀ ਜਿਹੜਾ ਹੈਗਾ ਇਸ ਚੀਜ਼ ਦਾ ਫਾਇਦਾ ਲੈ ਸਕਦਾ। ਸਾਨੂੰ ਇਹਦੇ ਜਿਹੜੀ ਹੈਗੀ ਜਿਹੜੀ ਇਹਦੀ ਫਿਜ਼ੀਕਲ ਕੰਡੀਸ਼ਨ ਹੈ ਇਹਦੀ ਵੀ ਜਿਹੜੀ ਹੈਗੀ ਹੈ, ਜਿਹੜਾ ਦੋਸ਼ੀ ਫੜਿਆ ਇਹਨੇ ਵੀ ਨਸ਼ਾ ਕੀਤਾ ਹੋਇਆ, ਡਰੱਗਸ ਲਈ ਹੋਈ ਹੈ। ਇਹ ਤਕਰੀਬਨ 3:30 ਦੀ ਘਟਨਾ ਸੀਗੀ ਅਤੇ ਤਕਰੀਬਨ 4:45 ਜਿਹੜੀ ਹੈਗੀ ਅਸੀਂ ਬੰਦੇ ਨੂੰ ਜਿਹੜਾ ਹੈਗਾ ਰਾਊਂਡ ਅਪ ਵੀ ਕਰ ਲਿਆ। ਸਾਡੀ ਪੁਲਿਸ ਪਾਰਟੀਆਂ ਨੇ ਤਕਰੀਬਨ 1.5 ਘੰਟੇ ਦੇ ਵਿੱਚ ਗੱਡੀ ਵੀ ਰਾਊਂਡ ਅਪ ਕਰ ਲਈ ਅਤੇ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਵੀ ਅਸੀਂ ਰਾਊਂਡ ਅਪ ਕਰ ਲਿਆ। ਪੀਸੀਆਰ ਪਾਰਟੀ ਸਾਡੇ ਨਾਲ ਥਾਣਾ ਸਿਵਲ ਦੀ ਫੋਰਸ ਸੀ, ਇਹਦੇ ਨਾਲ CIA ਦੀ ਟੀਮ ਸੀਗੀ, ਸਾਰੀਆਂ ਟੀਮਸ ਨੇ ਐਕਟੀਵੇਟ ਹੁੰਦੇ ਇਕੱਠੇ ਕੰਮ ਕਰਦੇ ਹੋਏ ਜਿਹੜਾ ਹੈਗਾ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਉਹ PCR ਦੇ ਉੱਤੇ ਡਿਊਟੀ ਕਰਦੇ ਆ, PCR ਪਾਰਟੀ ਨੰਬਰ 2 ਦੇ ਇੰਚਾਰਜ ਨੇ। सब्सक्राइब कीजिए हमारे चैनल को और बेल आइकॉन को दबाइए हमारी लेटेस्ट वीडियो सबसे पहले देखने के लिए।